ਲੁਧਿਆਣਾ ਦੇ ਕਰਨੈਲ ਸਿੰਘ ਨਗਰ ਵਾਰਡ ਨੰਬਰ 59 ਵਿੱਚ ਪਹੁੰਚੇ ਸਰਦਾਰ ਸੁਖਬੀਰ ਸਿੰਘ ਬਾਦਲ, ਜਿੱਥੇ ਵਾਰਡ ਨੰਬਰ 59 ਦੇ ਕਾਉਂਸਲਰ ਸਰਦਾਰ ਤਨਵੀਰ ਸਿੰਘ ਧਾਲੀਵਾਲ ਅਤੇ ਇਲਾਕਾ ਨਿਵਾਸੀਆਂ ਨੇ ਉਹਨਾਂ ਦਾ ਸਵਾਗਤ ਕੀਤਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉੱਥੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਇਲਾਕੇ ਦੇ ਕਾਉਂਸਲਰ ਸਰਦਾਰ ਤਨਵੀਰ ਸਿੰਘ ਧਾਲੀਵਾਲ ਇੱਕ ਬਹੁਤ ਹੀ ਵਧੀਆ ਤੇ ਹੋਨਹਾਰ ਸੇਵਾ ਕਰਨ ਵਾਲਾ ਨੌਜਵਾਨ ਹੈ ਅਤੇ ਉਹਨਾਂ ਨੇ ਕਿਹਾ ਕਿ ਸਾਡਾ ਲੁਧਿਆਣਾ ਹੁਣ ਇੱਕ ਸਮਾਰਟ ਸਿਟੀ ਬਣ ਰਿਹਾ ਹੈ ਤੇ ਬਹੁਤ ਹੀ ਜਲਦ ਲੁਧਿਆਣਾ ਹੋਰ ਵੀ ਤਰੱਕੀਆਂ ਕਰੇਗਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਦੇ ਹੋਰ ਵੀ ਕਈ ਇਲਾਕਿਆਂ ਦਾ ਦੌਰਾ ਕੀਤਾ। ਮੈਨੂੰ ਜਿਹੜਾ ਪ੍ਰੋਗਰਾਮ ਮੇਰੇ ਕੋਲ ਸੀ, ਇਕੱਲਾ ਚਾਹ ਪੀਂਦਾ ਸੀ, ਮੈਨੂੰ ਪਤਾ ਹੀ ਨਹੀਂ ਸੀ ਕਿ ਘੱਟ ਕਰੀ ਬੈਠੇ। ਮੈਂ ਪਹਿਲੇ ਹੀ ਆ ਜਾਣਾ ਸੀ, ਮੈਂ ਸਮਝਿਆ ਕਿ ਇਕੱਲੇ 5 ਮਿੰਟ ਚਾਹ ਪੀ ਕੇ ਆਉਣੀ ਆ। ਜਦੋਂ ਮੈਂ ਸਿਆਸਤ ਸ਼ੁਰੂ ਕੀਤੀ ਉਦੋਂ ਦਾ ਮੇਰੇ ਨਾਲ ਤਨਵੀਰ ਲੱਗਿਆ। ਅਸੀਂ ਯੂਥ ਅਕਾਲੀ ਦਲ 'ਚ ਮੈਂ ਪਹਿਲੀ ਵਾਰ ਆਇਆ, ਇਹਨੂੰ ਅਸੀਂ ਜ਼ਿੰਮੇਵਾਰੀ ਦਿੱਤੀ, ਨਾਲ ਹੀ ਇੱਕ ਟੀਮ ਬਣਾਈ ਨੌਜਵਾਨਾਂ ਦੀ, ਜਿਹਨੇ ਹੌਲੀ ਹੌਲੀ ਅਸੀਂ ਉਹ ਟੀਮ ਵਧਾ ਕੇ ਗਏ। ਬਹੁਤ ਹੀ ਮਿਹਨਤੀ ਨੌਜਵਾਨ ਹੈ। ਹੁਣ ਲੁਧਿਆਣਾ ਸਿਟੀ ਨੂੰ ਅਸੀਂ ਸਮਾਰਟ ਸਿਟੀ 'ਚ ਲੈ ਲਿਆ। ਅਗਲੇ 3-4 ਸਾਲਾਂ 'ਚ ਅਸੀਂ ਤਕਰੀਬਨ ਇਸ ਇਕੱਲੇ ਸ਼ਹਿਰ 'ਚ 4-5 ਹਜ਼ਾਰ ਕਰੋੜ ਰੁਪਇਆ ਲਾ ਕੇ ਇਹਨੂੰ ਡਿਵੈਲਪ ਕਰਨਾ ਹੈ ਅਤੇ ਤੁਸੀਂ ਦੇਖੋਗੇ, ਤੁਸੀਂ ਪਛਾਣ ਨਹੀਂ ਕਰ ਸਕੋਗੇ ਇਸ ਸ਼ਹਿਰ ਨੂੰ ਅਗਲੇ 4 ਸਾਲਾਂ 'ਚ ਇਸ ਲੈਵਲ ਦੀ ਡਿਵੈਲਪਮੈਂਟ। ਅਤੇ ਅੱਜ ਤੱਕ ਜੋ ਵੀ ਮੈਂ ਕਮਿਟਮੈਂਟ ਕੀਤੀ ਹੈ ਮੈਂ ਪੂਰੀ ਕੀਤੀ ਹੈ। ਮੈਂ ਕਿਹਾ ਤੁਹਾਨੂੰ ਪਾਵਰ ਸਰਪਲਸ ਕਰ ਦੂੰਗਾ। ਕਿਸ ਦੇ ਘਰੇ ਕੋਈ ਜਨਰੇਟਰ ਹੈ ਹੁਣ? ਇਨਵਰਟਰ ਤਾਂ ਉਹ ਜਨਰੇਟਰ ਵਾਲੇ ਮੇਰੇ ਖਿਲਾਫ ਲੱਗੇ ਪਏ। ਹੁਣ ਦੇਖੋ, ਪਹਿਲੇ ਤੁਸੀਂ ਸੌ ਨਹੀਂ ਸਕਦੇ ਸੀ, ਜਨਰੇਟਰ ਇੰਨੇ ਚੱਲਦੇ ਸੀ। ਹੁਣ ਤੁਸੀਂ ਥੋੜੀਆਂ ਸੜਕਾਂ, ਮੈਂ ਪੰਜਾਬ ਦੀਆਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੀਆਂ ਸਾਰੀਆਂ ਹੀ 4 ਤੇ 6 ਲੇਨ ਦੀਆਂ ਕੰਮ ਸ਼ੁਰੂ ਕਰਾ ਦਿੱਤਾ। 1 ਸਾਲ ਬਾਅਦ ਤੁਸੀਂ ਕਿਤੇ ਵੀ ਜਾਓਗੇ, ਇੱਥੋਂ ਚੰਡੀਗੜ੍ਹ ਜਾਓਗੇ ਨਾ 1 ਸਾਲ ਬਾਅਦ, ਹੁਣ ਤਾਂ 1.25 ਘੰਟਾ ਲੱਗਦਾ, 35 ਮਿੰਟਾਂ 'ਚ ਜਾਇਆ ਕਰੂੰਗੇ। ਆਹ ਸਿਚੁਏਸ਼ਨ, ਇਸ ਲੈਵਲ ਦੀ ਡਿਵੈਲਪਮੈਂਟ, ਕਿਉਂਕਿ ਦਿਲੋਂ ਸ਼ੌਂਕ ਨਾਲ ਲੱਗੇ ਹਾਂ ਅਸੀਂ, ਕੋਈ ਆਸਾਨ ਨਹੀਂ ਕਰ ਰਹੇ, ਦਿਲੋਂ ਸ਼ੌਂਕ ਨਾਲ। ਮੇਰਾ ਤਾਂ ਕੋਈ ਗੱਲ ਹੈ, ਐਂਡ ਮੈਂ ਇੱਕ ਹੋਰ ਦੱਸਾਂ, ਜੇ ਕਿਸੇ ਕੋਲ ਵਿਲ ਹੈ ਨਾ, ਉਹ ਇੰਪਲੀਮੈਂਟ ਵੀ ਕਰ ਸਕਦਾ। ਕੋਈ ਚੀਜ਼ ਇੰਪੋਸੀਬਲ ਨਹੀਂ ਹੈ। ਲੁਧਿਆਣਾ ਤੋਂ CNI ਲਈ ਪਰਵਿੰਦਰ ਪਾਲੀ ਦੀ ਰਿਪੋਰਟ। ਐਂਡ ਡੋਂਟ ਫੋਰਗੇਟ ਟੂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਟੂ ਆਰ ਫੇਸਬੁੱਕ ਪੇਜ ਐਂਡ ਯੂਟਿਊਬ ਚੈਨਲ।